ਸਾਨੂੰ ਕੁੜੀਆਂ ਦਾ ਫੋਨ ਆਇਆ ਜੀ, ਪੁਲਿਸ ਦਾ ਫੋਨ ਆਇਆ ਉੱਥੋਂ। ਉਹ ਕਹਿੰਦੇ ਵੀ ਸਾਡੀ ਬੱਚੀ ਦੀ ਅਚਾਨਕ ਮੌਤ ਹੋ ਗਈ, ਕੁੜੀਆਂ ਨੇ ਦੇਖਿਆ ਜੀ, ਪੁਲਿਸ ਨੂੰ ਕਾਲ ਕਰੀ, ਪੁਲਿਸ ਆ ਕੇ ਹੈਂਡਓਵਰ ਕਰੀ ਬੋਡੀ, ਅਤੇ ਪੁਲਿਸ ਦੀ ਕਾਲ ਆਈ ਹੈ ਜੀ। ਬਹੁਤ ਮਾੜੀ ਗੱਲ ਹੋਈ ਹੈ ਜੀ, ਬਹੁਤ ਹੀ ਹੱਦੋਂ ਵੱਧ ਮਾੜੀ ਹੋਈ। ਚਾਹੁੰਦੇ ਹਾਂ ਵੀ ਚਲ ਉਹਦੀ ਵਿਚਾਰੀ ਦੀ ਡੈੱਡ ਬੋਡੀ ਇੱਥੇ ਜਲਦੀ ਤੋਂ ਜਲਦੀ ਆ ਜਾਏ ਇਹਨਾਂ ਕੋਲ, ਅਤੇ ਆਪਦਾ ਇਹ ਜਿਹੜਾ ਹੁੰਦਾ ਕੋਈ ਰਸਮਾਂ ਕਿਰਿਆ ਕਰਮ ਕਰ ਸਕਣ ਉਹਦਾ ਜੀ। ਕਿੱਡਾ ਪਰਿਵਾਰ ਹੈ ਜੀ, ਕਿਸ ਚੀਜ਼ 'ਤੇ ਗੁਜ਼ਾਰਾ ਇਹਨਾਂ ਦਾ, ਕੀ ਲੱਗਦਾ ਤੁਹਾਨੂੰ? ਇਹ ਪਹਿਲਾਂ ਤਾਂ ਡਰਾਈਵਰੀ ਕਰਦੇ ਸੀਗੇ ਜੀ, ਹੁਣ ਮਤਲਬ ਉੱਥੇ ਕੰਪਨੀ 'ਚ ਉੱਥੇ ਟਰਾਈਡੈਂਟ ਵਾਲਿਆਂ ਦੀ ਪ੍ਰਾਈਵੇਟ ਨੌਕਰੀ ਉੱਥੇ ਕਰਦੇ ਜੀ। ਪਹਿਲਾਂ ਟਰੱਕ ਡਰਾਈਵਰ ਸੀ, ਬਾਹਰ ਬੂਹਰ ਚਲਾਉਂਦੇ ਸੀ ਗੱਡੀ। ਜਿਵੇਂ ਖਰਚਾ ਦੱਸਿਆ ਜਾ ਰਿਹਾ ਕਾਫੀ ਲੱਖਾਂ ਦਾ ਖਰਚਾ ਜੀ, ਕੀ ਪਰਿਵਾਰ ਇਸ ਖਰਚੇ ਨੂੰ ਚੱਕ ਸਕਦਾ ਹੈ ਜੀ? ਨਹੀਂ ਜੀ, ਇੰਨਾ ਖਰਚਾ ਕਿਵੇਂ ਕਰਨਗੇ? ਪਹਿਲਾਂ ਹੀ ਲਾ ਕੇ ਬਥੇਰੇ ਪੈਸੇ ਬੁਲਾ ਕੇ ਭੇਜੀ ਇਹਨਾਂ ਨੇ, ਔਖੇ ਸੌਖੇ ਹੋ ਗਏ। ਅਜੇ 7-8 ਮਹੀਨੇ ਪਹਿਲਾਂ ਹੋਏ ਗਈ ਨੂੰ ਉਸਨੂੰ। ਕਾਰਨ ਤਾਂ ਜੀ ਅਚਾਨਕ ਮੌਤ ਹੋਈ ਹੈ ਜੀ, ਇਹ ਸਰੀ ਦੇ ਵਿੱਚ ਰਹਿ ਰਹੀ ਸੀਗੀ, ਅਤੇ ਆਪਾਂ 29 ਦਸੰਬਰ ਨੂੰ ਇੱਥੋਂ ਭੇਜੀ ਆ, ਤਕਰੀਬਨ 8 ਮਹੀਨੇ ਹੋਏ ਨੇ ਪਹੁੰਚੀ ਨੂੰ, ਅਤੇ ਮਨ ਪੜ੍ਹਨ ਵੇਸ ਤੇ ਗਈ ਸੀ, ਪੜ੍ਹ ਰਹੀ ਸੀਗੀ। ਸਾਨੂੰ ਕੁੜੀਆਂ ਦਾ ਫੋਨ ਆਇਆ ਜੀ, ਪੁਲਿਸ ਦਾ ਫੋਨ ਆਇਆ ਉੱਥੋਂ। ਉਹ ਕਹਿੰਦੇ ਵੀ ਸਾਡੀ ਬੱਚੀ ਦੀ ਅਚਾਨਕ ਮੌਤ ਹੋ ਗਈ, ਕੁੜੀਆਂ ਨੇ ਦੇਖਿਆ ਜੀ, ਪੁਲਿਸ ਨੂੰ ਕਾਲ ਕਰੀ, ਪੁਲਿਸ ਆ ਕੇ ਹੈਂਡਓਵਰ ਕਰੀ ਬੋਡੀ, ਅਤੇ ਪੁਲਿਸ ਦੀ ਕਾਲ ਆਈ ਹੈ ਜੀ। ਨਹੀਂ ਅਜੇ ਕਿਸੇ ਨਾਲ ਹੋਈ ਨਹੀਂ ਜੀ ਗੱਲ, ਅਜੇ ਕਰ ਰਹੇ ਹਾਂ ਜੀ ਗੱਲਬਾਤ। ਮੀਤ ਹਜ਼ਾਰ ਨੂੰ ਭੇਜੇ ਸੀਗੇ ਮੈਸੇਜ ਵਗੈਰਾ, ਮਾੜੀ ਮੋਟੀ ਗੱਲ ਰਿਸਪੋਂਸ ਅਜੇ ਕੋਈ ਨਹੀਂ ਮਿਲਿਆ ਸਾਨੂੰ, ਅਤੇ ਇਸ ਬੋਡੀ ਨਾਲ ਸਰਕਾਰ ਅੱਗੇ ਕਹਿੰਦੇ ਆ ਸਾਡੀ ਬੋਡੀ ਇੱਥੇ ਲਿਆਂਦੀ ਜਾਵੇ, ਸਾਡੀ ਜਿੰਨੀ ਮਦਦ ਕਰੀ ਜਾਵੇ। ਕੰਮ ਤਾਂ ਡਰਾਈਵਰੀ ਦਾ ਜੀ, ਡਰਾਈਵਰੀ ਕਰਦੇ ਹਾਂ। ਕਿੰਨਾ ਕੁ ਖਰਚਾ ਦੱਸ ਰਿਹਾ? 14-15 ਲੱਖ ਰੁਪਇਆ ਦੱਸ ਰਿਹਾ ਜੀ। ਸਰਕਾਰ ਜਿਹੜੀ ਮਦਦ ਕਰੀ ਸਾਡੀ ਬੋਡੀ ਜਿਹੜੀ ਮੰਗਾ ਕੇ, ਸਾਡੀ ਮਦਦ ਕਰੀ, ਆਰਥਿਕ ਇੰਨੀ ਸਾਡੀ ਹੈ ਨਹੀਂ, ਪੂੰਜੀ ਵੇਚਦਾ ਇੰਨੇ ਪੈਸੇ ਲਾ ਸਕੀਏ।